ਭਾਰਤ ਲਈ ਆਂਦਾ ਗਿਆ ਨਾਬਾ ਜੇਲ ਬ੍ਰੇਕ ਕਾਣ ਦੇ ਮਾਸਟਰਮਾਈਂਡ ਨੂੰ ਹਾਂਗਕਾਂਗ ਤੋਂ ਲਿਆਂਦਾ ਗਿਆ ਰਮਨਜੀਤ ਸਿੰਘ ਰੋਮੀ ਤਲਵੰਡੀ ਸਾਬੋ ਤੋਂ ਬਠਿੰਡਾ ਜਾਂਦੇ ਹਰਿਆਣਾ ਸਰਹੰਦ ਨੇੜੇ ਪਿੰਡ ਦਾ ਰਹਿਣ ਵਾਲਾ ਸੀ ਰਮਨਜੀਤ ਸਿੰਘ ਰੋਮੀ ਅਸੀਂ ਗੱਲ ਕਰ ਰਹੇ ਹਾਂ 2016 ਦੇ ਨਾਬਾ ਜੇਲ ਬ੍ਰੇਕ ਕਾਣ ਦੇ ਮਾਸਟਰਮਾਈਂਡ ਦੀ ਜਿਸ ਦੀ ਭਾਰਤ ਸਰਕਾਰ ਹਾਂਗਕਾਂਗ ਤੋਂ ਹਵਾਲੀਗੀ ਲੈ ਕੇ ਆਈ ਪੰਜਾਬ ਦੀ ਡੀਜੀਪੀ ਗੌਰਵ ਯਾਦਵ ਵੱਲੋਂ ਕਿਹਾ ਗਿਆ ਕਿ ਉਹ ਆਈਐਸ ਅਤੇ ਖਾਲਿਸਤਾਨੀ ਲਿਬਰੇਸ਼ਨ ਫੋਰਸ ਦੇ ਹਰਮਿੰਦਰ ਸਿੰਘ ਮਿੰਟੂ ਅਤੇ ਕਸ਼ਮੀਰ ਸਿੰਘ ਗਲਵੱਡੀ ਸਣੇ ਹੋਰਨਾਂ ਫਰਾਰ ਕੈਦੀਆਂ ਦੇ ਸੰਪਰਕ ਵਿੱਚ ਸੀ ਰੋਮੀ ਤੇ ਰਾਮ ਹੈ ਕਿ 2016 ਦੇ ਨਾਬਾ ਜੇਲ ਬ੍ਰੇਕ ਕਾਣ ਦਾ ਉਹ ਮਾਸਟਰਮਾਈਂਡ ਸੀ ਤੇ ਇਸ ਤੋਂ ਇਲਾਵਾ ਵਿਅਸ ਉੱਪਰ ਹੋਰ ਕਈ ਲੁੱਟਖੋ ਦੇ ਮਾਮਲੇ ਦਰਜ ਨੇ ਹਾਂਗਕਾਂਗ ਦੀ ਅਦਾਲਤ ਨੇ 2019 ਭਾਰਤ ਹਵਾਲੇ ਕਰਨ ਦੇ ਆਦੇਸ਼ ਜਾਰੀ ਕੀਤੇ ਸਨ ਰੋਮੀ ਦਾ ਸਾਰਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਹਾਂਗਕਾਂਗ ਵਿੱਚ ਰਹਿ ਰਿਹਾ ਹੈ ਇਸ ਲਈ ਉਸ ਕੋਲ ਉੱਥੇ ਦੀ ਪੀਆਰ ਸੀ ਹੁਣ ਭਾਰਤੀ ਸਰਕਾਰ ਹਾਂਗਕਾਂਗ ਦੀ ਸਰਕਾਰ ਤੋਂ ਰੋਮੀ ਦੀ ਹਵਾਲਗੀ ਲੈ ਕੇ ਉਸ ਨੂੰ ਭਾਰਤ ਲੈ ਆਈ ਜਿਸ ਤੋਂ ਨਾਬਾ ਜੇਲ ਬ੍ਰੇਕ ਕਾਣ ਦੇ ਹੋਰ ਵੀ ਖੁਲਾਸੇ ਹੋ ਸਕਦੇ ਨੇ